ਨੁਕਸਾਨ ਪ੍ਰਾਪੋ ਮੌਸਮ ਕਈ ਦਿਨਾਂ ਦਾ ਬਹੁਤ ਖਰਾਬ ਚੱਲ ਰਿਹਾ ਹੈ ਬਰਸਾਤਾਂ ਲਗਾਤਾਰ ਹੋ ਰਹੀਆਂ ਹਨ ਖਰਾਬ ਮੌਸਮ ਦੇ ਵਿੱਚ ਗਵਾਰੇ ਤੇ ਮੂੰਗੀ ਦੀ ਵਾਢੀ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਉਹਦੇ ਵਿੱਚ ਆਪਾਂ ਵਾਢੀ ਕਾਦੇ ਨਾਲ ਕਰਵਾਈਏ ਤਾਂ ਕਿ ਆਪਣਾ ਨੁਕਸਾਨ ਜਿਹੜਾ ਉਹ ਨਾ ਹੋਵੇ ਜੇ ਹੋਵੇ ਤਾਂ ਬਹੁਤ ਘੱਟ ਹੋਵੇ ਤਾਂ ਗਵਾਰੇ ਤੇ ਮੂੰਗੀ ਦੀ ਜਿਹੜੀ ਵਾਢੀ ਹੈ ਉਹ ਦਾਤੀ ਨਾਲ ਤੇ ਕਸੀਏ ਨਾਲ ਵੀ ਚੱਲ ਰਹੀ ਹੈ ਤੇ ਇੱਕ ਪਾਸੇ ਖੜੀ ਮੂੰਗੀ ਤੇ ਖੜਾ ਗਵਾਰਾ ਜਿਹੜਾ ਉਹ ਕੰਪੈਨ ਨਾਲ ਵੱਢਿਆ ਜਾ ਰਿਹਾ ਹੈ ਤਾਂ ਦੋਨੋਂ ਵਿਸ਼ਿਆਂ ਤੇ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਕਿਹੜੇ ਪਾਸੇ ਹੋਣਾ ਚਾਹੀਦਾ ਹੈ ਦੇਖੋ ਮੌਸਮ ਖਰਾਬ ਹੈ ਖੜੀ ਫਸਲ ਤੇ ਜਦੋਂ ਮੀਂਹ ਪੈਂਦਾ ਤਾਂ ਉਹਦਾ ਨੁਕਸਾਨ ਹੈ ਜਿਹੜਾ ਉਹ ਘਟ ਹੁੰਦਾ ਕਿਉਂਕਿ ਫਲੀ ਦੇ ਉੱਤੇ ਪਾਣੀ ਪੈ ਕੇ ਥੱਲੇ ਡਿਗ ਪੈਂਦਾ ਜੇ ਥੋੜਾ ਬਹੁਤ ਪਾਣੀ ਖੜ ਵੀ ਗਿਆ ਤਾਂ ਵੀ ਉਹਦਾ ਨੁਕਸਾਨ ਘਟ ਹੈ ਜਿਹੜੀ ਫਸਲ ਆਪਾਂ ਵੱਢ ਕੇ ਰੱਖਦੇ ਨੇ ਥੱਬਿਆਂ 'ਚ ਤਾਂ ਉਥੇ ਜੇ ਪਾਣੀ ਭਰ ਜੇ ਤਾਂ ਉਹਦਾ ਉਗਰਨ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਮੂੰਗੀ ਇਹੋ ਜੀ ਚੀਜ਼ ਹੈ ਜੇ ਇੱਕ ਦਿਨ ਥੱਬਾ ਨਾ ਫੋੜਿਆ ਸਲਾਬ ਦੇ ਵਿੱਚ ਤਾਂ ਉਹ ਨੂੰ ਸਿਉਂਖ ਪੈ ਜਾਂਦੀ ਹੈ ਤੇ ਗਵਾਰਾ ਵੀ ਜੇ ਕਾਲਾ ਜਿਹੜਾ ਹੋਣਾ ਹੈ ਖਰਾਬ ਹੋਣਾ ਹੈ ਉਹ ਦੋਨੇ ਕੰਡੀਸ਼ਨਾਂ ਚ ਹੀ ਹੋਵੇ ਜਦੋਂ ਮੀਂਹ ਪੈ ਰਿਹਾ ਤਾਂ ਉਹਦਾ ਤਾਂ ਤੁਸੀਂ ਚੱਕਰ ਹੀ ਛੱਡ ਦਿਓ ਖਰਾਬ ਤਾਂ ਹੋਣਾ ਹੀ ਹੈ ਪਰ ਜਿਹੜਾ ਗੱਲ ਨਾ ਹੈ ਜਾਂ ਜਿਹੜੀਆਂ ਜ਼ਿਆਦਾ ਸਮੱਸਿਆਵਾਂ ਆਉਣੀਆਂ ਉਹ ਜਿਹੜਾ ਵੱਡਿਆ ਪਿਆ ਜੀ ਮੈਂ ਤੁਸੀਂ ਥੱਬੇ ਦੇਖ ਰਹੇ ਹੋ ਨਾ ਇਹਦੇ ਵਿੱਚ ਆਉਣਾ ਕਿਉਂਕਿ ਦੇਖੋ ਜਦੋਂ ਤੁਸੀਂ ਗਵਾਰਾ ਜਾਂ ਮੂੰਗੀ ਵੜਦੇ ਹੋ ਉਹਨੂੰ 6-7 ਦਿਨ ਦਾ ਸਮਾਂ ਚਾਹੀਦਾ ਹੈ ਉਹਦਾ ਨਾੜ ਹੈ ਜਿਹੜਾ ਸੁੱਕਣ ਵਾਸਤੇ ਫਿਰ ਉਹ ਕੱਢਿਆ ਜਾਊਗਾ ਤਾਂ ਮੌਸਮ ਉੱਤੇ ਬਹੁਤ ਜ਼ਿਆਦਾ ਖਰਾਬ ਹੈ 6-7 ਦਿਨਾਂ ਦੇ ਵਿੱਚ ਜਦੋਂ ਮੀਂਹ ਪੈਂਦਾ ਤਾਂ ਲੰਮ ਸਮ ਤੁਹਾਨੂੰ ਰੋਜ਼ ਵਾਂਗੂ ਥੱਬੇ ਫੋਰਨੇ ਪੈਣਗੇ ਜਦੋਂ ਧੁੱਪ ਨਿਕਲੂਗੀ ਉਹਦੀ ਥੱਬੇ ਫੋਰਨੇ ਪੈਣਗੇ ਇੱਕ ਧੁੱਪ ਲਵਾ ਕੇ ਫਿਰ ਥੱਬਾ ਫੋਰੋਗੇ ਫਿਰ ਦੂਜੇ ਪਾਸੇ ਧੁੱਪ ਲੱਗੂਗੀ ਫਿਰ ਜਾ ਕੇ ਸੁੱਕੂਗਾ ਤੇ ਫਿਰ ਤੁਹਾਡਾ ਜਿਹੜਾ ਕੰਪੈਨ ਦੇ ਨਾਲ ਥੱਬੇ ਜਿਹੜੇ ਜਾਂ ਹੜੰਬੇ ਦੇ ਨਾਲ ਤੁਸੀਂ ਕੱਢ ਸਕਦੇ ਹੋ ਤੇ ਮੌਸਮ ਇਹਨਾਂ ਸਾਥ ਦੇ ਨਹੀਂ ਰਿਹਾ ਇਸ ਕਰਕੇ ਤੁਸੀਂ ਗੁਵਾਰਾ ਤੇ ਮੂੰਗੀ ਉਹਨੂੰ ਹੱਥੀਂ ਨਾ ਵੱਢੋ ਉਹਨੂੰ ਖੜਾ ਰਹਿਣ ਦਿਓ ਜਿਵੇਂ ਤੁਸੀਂ ਗੁਵਾਰਾ ਦੇਖ ਰਹੇ ਹੋ ਤਾਂ 나ੜ ਹਰਿਆ ਪਰ ਫਲੀਆਂ ਸੁੱਕੀਆਂ ਵੀ ਐ ਤਾਂ ਉੱਤੇ ਟੂਸੇ ਦੇ ਉੱਤੇ ਜਦੋਂ ਇੱਕ ਦੋ ਫਲੀ ਕੋਈ ਹਰੀ ਰਹਿ ਜੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਇਹਨਾਂ ਨੂੰ ਤੁਸੀਂ ਕੰਪੈਨ ਨਾਲ ਵੜਾ ਸਕਦੇ ਹੋ ਅੱਜ ਮੀਂਹ ਪਿਆ ਗਿਆ ਤੜਕੇ ਚੰਗੀ ਧੋਪ ਨਿਕਲ ਗਈ ਉਹ ਵੀ ਇਹਨੇ ਵੱਡ ਦੇਣਾ ਮਸ਼ੀਨ ਨੇ ਤੇ ਜੇ ਦੋ ਦੇ ਨਾਂ ਵੀ ਵੱਡਿਆ ਜਾਊਗਾ ਤਾਂ ਇਹ ਤਾਂ ਉਹਦਾ ਰਿਸਕ ਨਹੀਂਗਾ ਜਿੰਨਾ ਰਿਸਕ ਵੱਡੇ ਗੁਵਾਰੇ ਦਾ ਕਿਉਂਕਿ ਉਹ ਤਾਂ ਨਾ ਰੁੱਖਦਾ ਨਹੀਂ 8-10 ਦਿਨਾਂ ਤੇ ਗੱਲ ਜਾਵਟਦੀ ਐ ਇਸ ਕਰਕੇ ਤੁਸੀਂ ਇਸ ਗੁਵਾਰੇ ਤੇ ਮੂੰਗੀ ਨੂੰ ਐਵੇਂ ਖੜਾ ਰਹਿਣ ਦਿਓ ਜਿੰਨਾ ਵੀ ਮੀਂਹ ਪੈ ਜੇ ਜਿਹੜਾ ਵੱਢ ਕੇ ਰੱਖਿਆ ਥੱਬਿਆਂ ਦੇ ਵਿੱਚ ਗੁਵਾਰਾ ਮੂੰਗੀ ਹੈ ਉਹਦੇ ਨਾਲੋਂ ਇਹਦਾ ਨੁਕਸਾਨ ਹਰ ਪੱਖੋਂ ਘੱਟ ਹੋਊਗਾ ਇਹ ਜਦੋਂ ਵੀ ਮੌਸਮ ਮਾੜਾ ਜਾਂ ਸਾਫ਼ ਹੁੰਦਾ ਇਹਨੂੰ ਇੱਕ ਧੁੱਪ ਲੱਗੀ ਮਸ਼ੀਨ ਥੋੜੀ ਚੱਲ ਹੋ ਜਾਣੀ ਹੈ ਤੇ ਵੱਢ ਕੇ ਥੋੜੀ ਫਸਲ ਹੈ ਜਿਹੜੀ ਉਹ ਘਰੇ ਆ ਜੂਗੀ ਤੇ ਜੇ ਗੱਲ ਕਰੀਏ ਬਾਹਣ ਦੀ ਤਾਂ ਪਿੱਛੇ ਕੋਈ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੁੰਦਾਗਾ ਆ ਦੇਖੋ ਤੁਸੀਂ ਇੰਨੀ ਡਰਾਈਵਰ ਵਧੀਆ ਹੋਣਾ ਚਾਹੀਦਾ ਬਾਡੀ ਪੂਰੀ ਸਾਫ਼ ਹੋ ਜਾਂਦੀ ਹੈ ਤੇ ਪਿੱਛੇ ਮਸ਼ੀਨ ਦੇ ਐਸਐਮਐਸ ਲੱਗਿਆ ਹੋਵੇ ਨਾ ਤਾਂ ਫੇਰ ਉਹ ਜਿਹੜਾ ਕਚਰਾ ਹੈਗਾ ਉਹ ਪੂਰਾ ਵਧੀਆ ਖਿੰਡ ਜਾਂਦਾ ਤੇ ਜ਼ਮੀਨ ਬੋਣ ਦੇ ਵਿੱਚ ਵੀ ਦਿੱਕਤ ਨਹੀਂ ਆਉਂਦੀ ਤੇ ਹੁਣ ਕਈ ਵੀਰ ਕਹਣਗੇ ਯਾਰ ਤੁਹਾਨੂੰ ਗੁਵਾਰੇ ਦਾ ਨੀਰਾ ਵੇਚ ਰਾਂ ਹੁੰਦਾ ਤੇ ਦੇਖੋ ਜਿਹੜੀ ਇਹਦੀ ਵੱਢੀ ਹੈ ਉਹ 1100 ਰੁਪਏ ਬਿੱਗੇ ਦਾ ਤੇ 15-1600 ਰੁਪਏ ਕਿੱਲੇ ਦਾ ਚੱਲਦੀ ਹੈ ਤੇ ਜੇ ਤੁਸੀਂ ਅੱਥੀ ਵੜਾਓਗੇ ਤੇ ਦੁੱਗਣੀ ਹੋ ਜੂ ਪਹਿਲਾਂ ਵੜਾਈ ਦਾ ਦੇਓਗੇ ਫਿਰ ਕਢਾਈ ਦਾ ਦੇਓਗੇ ਤਾਂ ਕੁਝ ਤਾਂ ਨੀਰੇ ਵਾਲੇ ਉਸੇ ਜੀ ਉੱਡ ਗਏ ਤੇ ਕੁਝ ਹੁਣ ਤੁਸੀਂ ਇਹ ਦੇਖੋ ਵੀ ਆਪਾਂ ਫਸਲ ਕੱਢ ਲਈ ਤਿੰਨ ਚਾਰ ਕਿਲੋ ਬੀ ਪਾ ਕੇ ਆਪਾਂ 6-7 ਕੁਇੰਟਲ ਕਿੱਲੇ ਦਾ ਗੁਵਾਰਾ ਕੱਢ ਲਿਆ ਤੇ ਪਨੀਰਾ ਵੀ ਕੱਢੀ ਐ ਨਾ ਤਾਂ ਕੁਛ ਆਪਾਂ ਨੂੰ ਆਪਣਾ ਵੀ ਹੱਕ ਬਣਦਾ ਵੀ ਧਰਤੀ ਮਾਂ ਤੇ ਨਾਲ ਆਪਾਂ ਜਿਹੜਾ ਕਚਰਾ ਹੈ ਉਹ ਵਾਪਸੀ ਦੇ ਦੀ ਆਪਣਾ ਜ਼ਮੀਨ ਦਾ ਆਰਗੈਨਿਕ ਕਾਰਬਨ ਵਧੇ ਇੱਕ ਟਰਾਲੀ ਰੂੜੀ ਦੀ ਰੇ ਵਰਗਾ ਕੰਮ ਕਰੂ ਕਣਕ ਬੀਜੋਂਗੇ ਕਣਕ ਛੋਡੀ ਦੂਜੀ ਕਣਕ ਦੇ ਨਾਲ ਰਲਦੀ ਨਹੀਂਗੀ ਐਨਾ ਫਰਕ ਪੈਂਦਾ ਇਹਦਾ ਇਸ ਕਰਕੇ ਮੇਰੀ ਸਲਾਹ ਇਹ ਹੈ ਕਿ ਤੁਸੀਂ ਇਸ ਨੂੰ ਖੜਾ ਵਧਾਓ ਤਾਂ ਕਿ ਨੁਕਸਾਨ ਨਾ ਹੋਵੇ ਬਾਕੀ ਤੁਹਾਨੂੰ ਜਿੰਮੇ ਚੰਗਾ ਲੱਗਦਾ ਤੁਹਾਡੀ ਆਪਦੀ ਫਸਲ ਹੈ ਤੁਸੀਂ ਉਵੇਂ ਕਰ ਸਕਦੇ ਹੋ ਮੇਰਾ ਜੋ ਤਜਰਬਾ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਉਮੀਦ ਕਰਦਾ ਹਾਂ ਵੀਡੀਓ ਚੰਗੀ ਲੱਗੀ ਹੋਊਗੀ ਧੰਨਵਾਦ